ਕਿਉਂਕਿ ਸਰਕਾਰ ਨੇ ਜਿਹੜੇ ਹੈਗੇ ਨੇੜੇ ਨੇੜੇ ਕੋਸ਼ਿਸ਼ ਕੀਤੀ ਹੈ, ਕਿਉਂਕਿ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਪਾਸਪੋਰਟ ਬਣਦੇ ਆ। ਅੰਮ੍ਰਿਤਸਰ ਬਣਿਆ ਹੋਇਆ, ਜਲੰਧਰ ਬਣਿਆ ਹੋਇਆ, ਜਿਹੜਾ ਹੈ ਚੰਡੀਗੜ੍ਹ ਬਣਿਆ ਹੋਇਆ। ਤੇ ਇਹਦਾ ਮਕਸਦ ਸੀ ਕਿ ਲੋਕਾਂ ਨੂੰ ਨੇੜੇ ਤੋਂ ਸਹੂਲਤ ਮਿਲੇ ਤੇ ਪਾਸਪੋਰਟ ਬਣਾਉਣਾ ਟਾਈਮ ਸਿਰ ਮਿਲ ਜਾਵੇ। ਅੱਗੇ ਵੀ ਸਾਡੇ ਕੋਲ ਸ਼ਿਕਾਇਤਾਂ ਆਈਆਂ ਸੀ 8-7, ਤੇ ਅਸੀਂ ਧੰਨਵਾਦ ਕਰਦੇ ਹਾਂ ਵਿਦੇਸ਼ ਮੰਤਰਾਲੇ ਦਾ, ਉਹਨਾਂ ਨੂੰ ਅਸੀਂ ਕੰਪਲੇਂਟ ਦਿੱਤੀ ਤੇ ਉਹਨਾਂ ਨੇ 8 ਦਿਨ ਜਦੋਂ ਕੰਪਲੇਂਟਾਂ ਸਹੀ ਪਾਈਆਂ ਤੇ 8ਵੇਂ ਦਿਨ ਛਾਪਾ ਮਾਰਿਆ ਤੇ ਜਿਹੜਾ ਹੈ 20 ਲੱਖ ਜਿਹੜਾ ਹੈਗਾ ਉਹਨਾਂ ਦੇ ਦਫ਼ਤਰ ਚੋਂ ਫੜ ਹੋਇਆ। ਪਾਸਪੋਰਟ ਅਫਸਰ ਤੇ 2 ਸਹਾਇਕ ਉਹ CBI ਨੇ ਉਹਨਾਂ ਨੂੰ ਮੌਕੇ ਤੋਂ ਫੜਿਆ। ਸੋ ਕਿਉਂਕਿ ਜਿਹੜਾ ਉਹ ਅਫਸਰ ਸੀਗਾ 50 ਲੱਖ ਰੁਪਇਆ ਸ਼ਾਮ ਤੱਕ ਇਕੱਠਾ ਕਰਕੇ ਜਾਂਦਾ ਸੀ, ਜੇ ਨਹੀਂ ਉਹਦੇ ਕੋਲ ਪੂਰਾ ਆਉਂਦਾ ਸੀ ਉਹ ਆਪਣੇ ਦਫ਼ਤਰ ਚੋਂ ਨਿਕਲਦਾ ਸੀ। ਤੇ ਕਿਸੇ ਲੋਕ ਪਿੱਛ ਰਹੇ ਸੀਗੇ ਕਿ ਜਿਹੜੇ ਹੁਣ ਬਾਹਰ ਜਾਣਾ ਹੈ ਉਹ ਅਗਲਾ ਕਹਿੰਦਾ ਮੈਨੂੰ ਪਾਸਪੋਰਟ ਚਾਹੀਦਾ, ਜਦੋਂ ਅਗਲੇ ਦੇ 10-4 ਗੇੜੇ ਕਢਾਵਾਂਗੇ ਤੇ ਉਹ ਜਿਹੜਾ ਹੈ ਅਗਲਾ ਫਿਰ ਪੈਸੇ ਦੇਣ ਲਈ ਮਜਬੂਰ ਹੁੰਦਾ। ਸੋ ਜਿਹੜਾ ਹੈ ਪੈਸੇ ਲੈ ਕੇ ਤਾਂ ਜਿਹੜਾ ਹੈ ਪਾਸਪੋਰਟ ਵੀ ਬਣ ਜਾਂਦਾ ਸੀ। 3 ਮਹੀਨੇ ਦੀ ਵੇਟ ਸੀਗੀ ਕਿ ਜੇ ਕਿਸੇ ਨੇ ਟਾਈਮ ਲੈਣਾ ਹੋਵੇ। ਸੋ ਜਦੋਂ ਇਹ ਛਾਪਾ ਪਿਆ ਉਦੋਂ ਮਗਰੋਂ ਜਿਹੜਾ ਹੈਗਾ ਹੁਣ 3ਰੇ ਦਿਨ ਟਾਈਮ ਜਿਹੜਾ ਹੈਗਾ ਮਿਲਦਾ, ਪਰ ਉਹਦੇ ਵਿੱਚ ਹਜੇ ਵੀ ਜਿਹੜੇ ਹੈਗੇ ਆ ਕੁਝ ਇਹੋ ਜਿਹੇ ਬੰਦੇ ਆ ਜਿਹੜੇ ਲੋਕਾਂ ਨੂੰ ਖਰਾਬ ਕਰ ਰਹੇ ਆ। ਅਸੀਂ ਲਗਾਤਾਰ ਸਾਡੇ ਕੋਲ ਕੁਛ ਰਿਪੋਰਟਾਂ ਆਈਆਂ, ਅਸੀਂ ਉਹਨਾਂ ਨੂੰ ਇੱਕ ਇੱਥੇ ਨਜ਼ਦੀਕ ਪਿੰਡ ਤੋਂ ਸੁਲਤਾਨਪੁਰ ਤੋਂ ਕੋਈ ਬਾਹਰੋਂ ਆਇਆ ਪਰਿਵਾਰ, ਉਹਨਾਂ ਦੇ ਬੱਚਿਆਂ ਦੇ ਪਾਸਪੋਰਟ ਬਣਨੇ ਸੀਗੇ ਤੇ ਉਹਨਾਂ ਨੇ ਵਾਪਸ ਜਾਣਾ ਸੀਗਾ ਉੱਥੇ। ਉਹਨਾਂ ਦੀ ਬੱਚੇ ਸਕੂਲ ਵਿੱਚ ਦਾਖਲ ਸੀ, ਉਹਨਾਂ ਨੇ ਜਿਹੜੀ ਹੈਗੀ ਆ ਕੋਸ਼ਿਸ਼ ਕੀਤੀ, ਉਹਨਾਂ ਨੂੰ 16 ਗੇੜੇ ਮਰਵਾਏ। ਫਿਰ ਅਸੀਂ ਵੀ ਉਹਨਾਂ ਨੂੰ ਜਿਹੜਾ ਹੈਗਾ ਰਿਕਮੈਂਡ ਕਰਕੇ ਭੇਜਿਆ ਵੀ ਆਪਣਾ ਵੀ ਇਹਨਾਂ ਨੂੰ ਪਾਸਪੋਰਟ ਦਿੱਤਾ ਜਾਵੇ, ਨਹੀਂ ਤਾਂ ਬੱਚਿਆਂ ਦੀ ਪੜ੍ਹਾਈ ਖਰਾਬ ਹੋਈ। ਪਰ ਉਹਨਾਂ ਨੇ ਉਹ ਚੀਜ਼ ਨੂੰ ਵੀ ਜਿਹੜਾ ਹੈਗਾ ਕੋਈ ਇੱਥੇ 302 ਨੰਬਰ ਦੇ ਉੱਤੇ ਜਿਹੜਾ ਅਫਸਰ ਬੈਠਾ ਉਹਨੇ ਗਾਂ ਐਪਲੀਕੇਸ਼ਨ ਨੂੰ ਗਾਂ ਅਫਸਰ ਤੱਕ ਨਹੀਂ ਪਹੁੰਚਣ ਦਿੱਤਾ। ਜੇ ਉੱਥੇ ਆਲੇ ਦੁਆਲੇ ਉਹ ਭਾਲ ਗਿਆ ਕਿ ਜੇ ਪੈਸੇ ਦਿਓ ਤੇ ਤੁਹਾਡਾ ਪਾਸਪੋਰਟ ਆਜੂਗਾ, ਨਹੀਂ ਤਾਂ ਪਾਸਪੋਰਟ ਤੋਂ, ਕਿਉਂਕਿ ਜਿਹੜਾ ਬੰਦਾ ਫਸਿਆ ਹੋਇਆ ਉਹ ਪੈਸੇ ਤੋਂ ਬਿਨਾਂ ਫਿਰ ਉਹ ਕੀ ਕਰੂਗਾ। ਅਗਲਾ ਕਹਿੰਦਾ ਮੈਂ ਜਿਹੜਾ ਹੈਗਾ ਆਪਣੇ ਪੈਸੇ ਦੇ ਕੇ ਆਪਣਾ ਕੰਮ ਕਰਾਵਾਂ। ਉਹ ਬਹੁਤ ਜ਼ਿਆਦਾ ਭ੍ਰਿਸ਼ਟਾਚਾਰ ਇੱਥੇ ਹੋ ਰਿਹਾ ਦਫ਼ਤਰ ਦੇ ਵਿੱਚ। ਉਹਦੀ ਸ਼ਿਕਾਇਤ ਅਸੀਂ ਜਿਹੜੀ ਹੈਗੀ ਆ ਆਪਣੇ ਵਿਦੇਸ਼ ਮੰਤਰਾਲੇ ਨੂੰ ਕੀਤੀ ਹੈ। ਸਾਨੂੰ ਆਸ ਆ ਕਿ ਜਿਹੜੇ ਕਰਪਟ ਬੰਦੇ ਆ ਇਹਨਾਂ ਦੇ ਉੱਤੇ ਜ਼ਰੂਰ ਕਾਰਵਾਈ ਹੋਵੇ, ਲੋਕਾਂ ਨੂੰ ਜਿਹੜਾ ਹੈ ਨਿਆਂ ਵੀ ਮਿਲੂਗਾ ਤੇ ਜਿਹਨਾਂ ਨੂੰ ਲੋੜ ਆ ਉਹਨਾਂ ਨੂੰ ਸਮੇਂ ਤੇ ਪਾਸਪੋਰਟ ਵੀ ਮਿਲਣਗੇ। ਸੋ ਇਹ ਇਸ ਕਰਕੇ ਅਸੀਂ ਉਹ ਜਿਹੜੀ ਕੰਪਲੇਂਟ ਕੀਤੀ ਹੈ। ਇਹਦੇ ਵਿੱਚ ਜਿਹੜਾ ਹੈਗਾ ਵਿਸ਼ੇਸ਼ ਤੌਰ ਤੇ ਸਾਡੇ ਕੋਲ ਜਿਹੜਾ ਸੀਗਾ ਜਿਹੜੇ ਵਿਦੇਸ਼ ਤੋਂ ਆਏ ਸੀ, ਇੱਕ ਦੋ ਹੋਰ ਵੀ ਜਿਹੜੇ ਸਾਡੇ ਕੋਲ ਆਏ ਬੰਦੇ ਉਹਨਾਂ ਨੂੰ ਵੀ ਅਸੀਂ ਆਪਣੀ ਜਿਹੜੀ ਹੈਗੀ ਆ ਨਾਲ ਉਹਨਾਂ ਨੂੰ ਰਿਕਮੈਂਡ ਕੀਤਾ ਕਿ ਇਹਨਾਂ ਨੂੰ ਪਾਸਪੋਰਟ ਦਿੱਤਾ ਜਾਵੇ, ਪਰ ਉਹ ਸੁਣਦੇ ਹੀ ਨਹੀਂ। ਕਿਉਂਕਿ ਜੇ ਬਾਹਰ ਜਿਹੜੇ ਏਜੰਟ ਉਹ ਘੁੰਮਦੇ ਉਹ ਕਹਿੰਦੇ ਪੈਸੇ ਦਿਓ ਤੇ ਤੁਹਾਡਾ ਪਾਸਪੋਰਟ ਕਢਵਾ ਦਿੰਦੇ, ਬੜੀ ਪ੍ਰੋਬਲਮ ਆ ਲੋਕਾਂ ਦੀ। ਲੋਕ ਤਾਂ ਹੁਣ ਜਿਹੜਾ ਬੰਦਾ ਫਸਿਆ ਹੋਇਆ ਅਗਲਾ ਕਹਿੰਦਾ ਮੈਂ ਇੱਥੇ ਬੈਠਾ ਰਹੂੰਗਾ, ਮੇਰੇ ਨਿਆਣਿਆਂ ਦੇ ਜਿਹੜੇ ਹੈ ਉੱਥੇ ਸਕੂਲ ਚੋਂ ਦਾਖਲੇ ਰੁਕ ਜਾਣਗੇ। ਸੋ ਜਿਹੜਾ ਪੀੜਤ ਦਾ ਬੰਦਾ ਉਹ ਤਾਂ ਹਰ ਚਾਰਾ ਮਿਲਦਾ, ਜਿਹਨੂੰ ਹੁਣ 16 ਗੇੜੇ ਇੱਕ ਬੰਦੇ ਨੂੰ ਉੱਥੇ ਦਫ਼ਤਰ ਦੇ ਮਰਵਾ ਦਿਓਗੇ, ਉਹਨਾਂ ਨੂੰ ਪਾਸਪੋਰਟ ਨਾ ਦਿਓਗੇ, ਤੇ ਫਿਰ ਉਹ ਕਿੰਨਾ ਕੁ ਜਿਹੜਾ ਹੈਗਾ ਉਹਦੇ ਵਿੱਚ ਜਿਹੜੀ ਹੈਗੀ ਆ ਵਿਦੇਸ਼ ਮੰਤਰਾਲੇ ਦੀ ਬਹੁਤ ਵੱਡੀ ਬਦਨਾਮੀ ਹੁੰਦੀ ਹੈ, ਸਰਕਾਰ ਦੀ ਬਹੁਤ ਵੱਡੀ ਬਦਨਾਮੀ ਹੁੰਦੀ ਹੈ, ਤੇ ਜਿਹੜੀ ਇਹ ਗਲਤੀਆਂ ਵਾ ਇਹ ਸਾਰੇ ਆਫੀਸਰ ਸਾਹਿਬਾਨ ਕਰ ਰਹੇ।
ਸੋ ਵੀ ਇਹਦੇ ਤੇ ਬਣਦੀ ਜਿਹੜੇ ਹੈਗੇ ਕਿਸੇ ਨੂੰ ਕੋਈ ਇਹੋ ਜਿਹਾ ਹੱਕ ਥੋੜਾ, ਇਹ ਤਾਂ ਸਾਰੇ ਲੋਕਾਂ ਵਾਸਤੇ ਦਫ਼ਤਰ ਖੁੱਲ੍ਹਾ, ਨਾ ਕਿ ਉੱਥੇ ਪੈਸੇ ਇਕੱਠੇ ਕਰਨ ਵਾਸਤੇ ਲੋਕਾਂ ਦੇ ਕੋਲ ਭ੍ਰਿਸ਼ਟਾਚਾਰ ਕਰਨ ਵਾਸਤੇ। ਭ੍ਰਿਸ਼ਟਾਚਾਰ ਤਾਂ ਕਿ ਫੜਿਆ ਫੜਵਾਇਆ ਸੀ, ਉਹਦੇ ਕੋਲ 20 ਲੱਖ ਨਕਦ ਫੜ ਹੋਏ ਆ, ਤੇ ਉਹੀ ਮੇਰਾ ਵਰਤਾਰਾ ਜਿਹੜਾ ਹੈਗਾ ਮਹੀਨੇ ਤੇ 5-4 ਜਿਹੜੇ ਹੈਗੇ 3-4 ਸੌਖੇ ਨਿਕਲੇ ਆ, ਲੋਕਾਂ ਦੇ ਕੰਮ ਹੋਣ ਲੱਗ ਪਏ ਸੀ। ਇੱਥੋਂ ਸੁਲਤਾਨਪੁਰ ਤੋਂ ਇੱਕ ਲੇਡੀ ਸੀਗੀ, ਉਹਦਾ ਘਰ ਵਾਲਾ ਚੜ੍ਹਾਈ ਕਰ ਗਿਆ ਸੀਗਾ, ਘਰ ਵਾਲੇ ਨਾਲ ਤਲਾਕ ਹੋ ਗਿਆ ਸੀ, ਉਹਦਾ ਪਾਸਪੋਰਟ ਬਣਾਉਣਾ ਸੀ, ਉੱਥੋਂ 65,000 ਮੰਗਦੇ ਸੀ। ਆ ਜਦੋਂ ਪਿਛਲੀ ਵਾਰੀ ਉਹ ਫੜ ਹੋਇਆ ਤੇ ਉਦੋਂ ਮਗਰੋਂ ਬੜਾ ਸੋਹਣਾ ਪਾਸਪੋਰਟ ਬਣ ਗਿਆ। ਇਹ ਜਿਹੜੀ ਇੱਕ ਕੰਪਲੇਂਟ ਆ ਕਿ ਜਿਸ ਤਰ੍ਹਾਂ ਕੋਈ ਬਾਪ ਬਾਹਰ ਆ ਬੱਚੇ ਦਾ ਪਾਸਪੋਰਟ ਬਣਾਉਣਾ, ਜਦੋਂ ਕਿ ਗਾਈਡਲਾਈਨ ਹੈਗੀ ਹੈ ਕਿ ਇੱਕ ਇਕੱਲੀ ਮਾਂ ਵੀ ਜਿਹੜੀ ਹੈਗੀ ਹੈ ਬੱਚੇ ਦਾ ਪਾਸਪੋਰਟ ਬਣਾ ਸਕਦੀ ਹੈ, ਉਹਨਾਂ ਨੂੰ ਜਿਹੜਾ ਹੈਗਾ ਗੁੰਮਰਾਹ ਕਰਦੇ ਆ ਵੀ ਘਰ ਵਾਲੇ ਨੂੰ ਬਾਹਰ ਸੋਧੋ, ਘਰ ਵਾਲਾ ਕਿੱਦਾਂ ਹੋਵੇ ਜਦ ਗਾਈਡਲਾਈਨਾਂ ਵੀ ਇਕੱਲੇ ਬਣਾ ਸਕਦੇ, ਕਿਉਂ ਨਹੀਂ ਬਣਾਉਂਦੇ? ਜਿਹੜੇ ਹੈਗੇ ਸਾਰੀਆਂ ਕੁਛ ਨਾ ਕੁਛ ਸ਼ਬਦ ਦੇ ਵਿੱਚ ਕੋਈ ਨਾ ਕੋਈ ਜਦੋਂ ਫਾਰਮ ਭਰਦੇ ਆ ਉੱਥੇ ਜਿਹੜੇ ਏਜੰਟ ਆ ਉਹਦੇ ਵਿੱਚ ਗਲਤੀ ਕਰ ਦਿੰਦੇ ਆ, ਮਗਰੋਂ ਜਿਹੜਾ ਹੈਗਾ ਉਹਨੂੰ ਸ਼ੁੱਧ ਕਰਨ ਠੀਕ ਕਰਨ ਦੇ ਉਹਦੇ ਪੈਸੇ ਮੰਗਦੇ ਆ। ਇਹ ਜਿਹੜੀ ਲੋਕਾਂ ਨੂੰ ਗੁੰਮਰਾਹ ਕਰਕੇ ਲੁੱਟਿਆ ਜਾ ਰਿਹਾ।